ਅਕਸਰ ਤੁਸੀਂ ਸਰਹੱਦ ਨਜ਼ਦੀਕੀ ਪਿੰਡਾਂ ਵਿੱਚ ਫਾਈਨ ਤੋਂ ਤੰਗ ਆਏ ਲੋਕਾਂ ਦੀ ਕਹਾਣੀ ਤਾਂ ਵੇਖਦੇ ਸੁਣਦੇ ਆਏ ਹੋ, ਪਰ ਅੱਜ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਭਾਰਤ ਪਾਕਿਸਤਾਨ ਸਰਹੱਦ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਹੈ। ਮਾਮਲਾ ਹੈ ਪਟਿਆਲਾ ਦੇ ਬਹਾਦਰਗੜ੍ਹ ਦੇ ਪਿੰਡ ਡੀਲਵਾਲ ਦਾ, ਜਿੱਥੇ ਦੇ ਲੋਕ ਪੰਜਾਬ ਪੁਲਿਸ ਕਮਾਂਡੋ ਟ੍ਰੇਨਿੰਗ ਸੈਂਟਰ ਵਿੱਚ ਫਾਇਰਿੰਗ ਰੇਂਜ ਦੌਰਾਨ ਚੱਲਣ ਵਾਲੀਆਂ ਗੋਲੀਆਂ ਦੇ ਸਾਏ ਹੇਠ ਦਹਿਸ਼ਤ ਦੀ ਜ਼ਿੰਦਗੀ ਗੁਜ਼ਰਬਸਰ ਕਰ ਰਹੇ ਨੇ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪੁਲਿਸ ਦੇ ਵਿਆਸੀਆਂ ਵੱਲੋਂ ਚਲਾਈਆਂ ਗੋਲੀਆਂ ਉਹਨਾਂ ਦੇ ਘਰਾਂ ਦੀਆਂ ਕੰਧਾਂ ਸ਼ੀਸ਼ਿਆਂ ਨੂੰ ਵਿੰਦੀਆਂ ਨੇ। ਤਾਜ਼ਾ ਘਟਨਾ ਵਿੱਚ ਪਿੰਡ ਦੇ ਧਰਮਿੰਦਰ ਸਿੰਘ ਦੀ ਬਾਂਹ ਵਿੱਚ ਗੋਲੀ ਲੱਗੀ ਹੈ। ਲੋਕਾਂ ਮੁਤਾਬਕ ਬੀਤੇ 7 ਵਰ੍ਹਿਆਂ ਤੋਂ ਉਹਨਾਂ ਦੇ ਘਰਾਂ ਤੱਕ ਟ੍ਰੇਨਿੰਗ ਸੈਂਟਰ 'ਚੋਂ ਚਲਾਈਆਂ ਗਈਆਂ ਗੋਲੀਆਂ ਪਹੁੰਚ ਰਹੀਆਂ ਨੇ, ਜਿਸ ਸੰਬੰਧੀ ਉਹਨਾਂ ਪੁਲਿਸ ਨੂੰ ਸੂਚਿਤ ਵੀ ਕੀਤਾ ਸੀ। ਉਧਰ ਪੁਲਿਸ ਅਧਿਕਾਰੀ ਇਸ ਮਸਲੇ 'ਤੇ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਜਲਦ ਮਸਲੇ ਦਾ ਹੱਲ ਕੱਢਣ ਦੀ ਗੱਲ ਕਹਿ ਕੇ ਪੱਲਾ ਝਾੜਦੇ ਨਜ਼ਰ ਆਏ। ਪਿੰਡ ਡੀਲਵਾਲ ਦੇ ਲੋਕਾਂ ਲਈ ਜਾਨ ਦਾ ਖੌਫ ਬਣਿਆ। ਇਹ ਮਸਲਾ ਕਦੋਂ ਹੱਲ ਹੁੰਦਾ ਹੈ ਇਹ ਤਾਂ ਵਕਤ ਹੀ ਦੱਸੇਗਾ। ਹੁਣ 10 ਸਾਲ ਹੋ ਗਏ ਅਤੇ ਆ ਜਿਹੜੀ ਗੱਲ ਦਾ ਡਰ ਸੀ, ਅਸੀਂ ਉੱਦਣ ਦੇ ਆਹੀ ਗੱਲ ਕਹਿੰਦੇ ਸੀ ਇਹਨਾਂ ਨੂੰ ਵੀ ਸਾਡੀ ਜਾਨ ਨੂੰ ਖਤਰਾ ਜੀ, ਦੇਖੋ ਕੋਈ ਨੁਕਸਾਨ ਨਾ ਹੋ ਜਾਵੇ। ਅਤੇ ਆਹ ਮੁੰਡਾ ਸੋਨੀ ਹੈ ਪਿੰਡ ਦਾ ਜੀ, ਇਹਦੇ ਹੁਣ ਪਰਸੋਂ ਬਾਂਹ ਦੀ ਬੀਜੀ ਗੋਲੀ ਕਰੋਸ ਹੋ ਗਈ ਅਤੇ ਹੁਣ ਇਹਦੇ ਜ਼ਿੰਮੇਵਾਰ ਜੀ ਆ ਕਮਾਂਡੋ ਵਾਲੇ ਜੀ ਨੇ, ਅਤੇ ਅਸੀਂ ਤਾਂ ਪ੍ਰਸ਼ਾਸਨ ਨੂੰ, ਪੁਲਿਸ ਵਾਲਿਆਂ ਨੂੰ ਜੀ ਅਤੇ ਕਮਾਂਡੋ ਬਟਾਲੀਅਨ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਮੰਗ ਕਰਦੇ ਹਾਂ ਜੀ ਵੀ ਸਾਡੇ ਪਿੰਡ ਲਈ ਜਾਂ ਸਾਡੇ ਜਾਣ ਦੇ ਰਾਖੇ ਨੇ, ਸਗੋਂ ਸਾਡੇ ਸਾਨੂੰ ਤੰਗ ਨਾ ਕਰਨ, ਪਰੇਸ਼ਾਨ ਨਾ ਕਰਨ। ਉਹਨਾਂ ਨੇ ਇਸ ਚੀਜ਼ ਦੇ ਲਈ ਸਾਨੂੰ ਕੰਪਲੇਂਟ ਦਿੱਤੀ ਹੈ ਵੀ ਤੁਸੀਂ ਇਹਦਾ ਸੀਨੀਅਰ ਅਧਿਕਾਰੀ ਨਾਲ ਗੱਲ ਕਰਕੇ ਇਹਦਾ ਕੋਈ ਨਾ ਕੋਈ ਹੱਲ ਕਰਕੇ ਸਾਨੂੰ ਦੱਸੋ। ਉਹਦੇ ਲਈ ਮੈਂ ਆਪਣੇ ਅਫਸਰਾਂ 'ਤੇ ਅੰਚ ਲਿਆਂਦਾ ਅਤੇ ਕਮਾਂਡੈਂਟ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਵੀ ਉਹ ਵੀ ਕੋਈ ਉਸ 'ਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹਦਾ ਕੋਈ ਨਾ ਕੋਈ ਹੱਲ ਅਸੀਂ ਕੱਢਾਂਗੇ।